ਦੇਖੋ ਜਿਹੜੀਆਂ 20 ਤਰੀਕ ਨੂੰ ਵਿਧਾਨ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਉਹ 'ਚ ਸਾਡੇ ਆਏ ਸੀ ਬਟਾਲਾ ਕੌਂਸਟੀਚੂਸੀ ਦੇ ਵਿੱਚ ਦਿਨ ਰਾਤ ਫਲੈਗ ਮਾਰਚ ਕੱਢ ਰਹੇ ਹਾਂ ਸਾਡੀਆਂ ਪੈਟਰੋਲਿੰਗ ਪਾਰਟੀਆਂ ਕੰਮ ਕਰ ਰਹੀਆਂ ਨੇ ਅਤੇ ਅਸੀਂ ਪੂਰੀ ਤਰ੍ਹਾਂ ਸਿਕਿਓਰਲੀ ਜਿਹੜਾ ਇਲੈਕਸ਼ਨ ਪ੍ਰੋਸੈਸ ਉਹਨੂੰ ਕੰਪਲੀਟ ਕਰਾਵਾਂਗੇ ਕੱਲ੍ਹ ਦਾ ਅੱਜ ਵੀ ਰਾਤ ਅਸੀਂ ਸਾਡਾ ਫਲੈਗ ਮਾਰਚ ਚੱਲਦੇ ਰਹਿਣਗੇ ਅਤੇ ਗਸ ਚੱਲਦੀ ਰਹੂਗੀ ਕੱਲ੍ਹ ਸਵੇਰੇ ਅਸੀਂ ਜਿਹੜੀਆਂ ਪੈਟਰੋਲਿੰਗ ਪਾਰਟੀਜ਼ ਨੇ ਜਿਨ੍ਹਾਂ ਨੇ EVM ਮਸ਼ੀਨਸ ਲੈ ਕੇ ਜਾਣੀਆਂ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਇੱਥੋਂ ਵੇਰਿੰਗ ਹਾਲ ਤੋਂ ਲੈ ਕੇ ਮਸ਼ੀਨਾਂ ਅਤੇ ਉਹਨਾਂ ਦੇ ਆਪੋ ਸਟੇਸ਼ਨ 'ਤੇ ਸਿਕਿਓਰਲੀ ਪਹੁੰਚਾਵਾਂਗੇ ਅਤੇ ਸਾਡੀਆਂ ਪੈਟਰੋਲਿੰਗ ਪਾਰਟੀਆਂ ਵੀ ਗਸਤ ਕਰਦੀਆਂ ਰਹਿਣਗੀਆਂ ਅਤੇ ਪਰਸੋਂ ਇਲੈਕਸ਼ਨ ਵਾਲੇ ਦਿਨ 20 ਤਰੀਕ ਨੂੰ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਪੂਰੀ ਤਰ੍ਹਾਂ ਮੁਸਤੈਦ ਹੋ ਕੇ ਜਿਹੜਾ ਇਲੈਕਸ਼ਨ ਪ੍ਰੋਸੈਸ ਉਹਨੂੰ ਕੰਪਲੀਟ ਕਰਾਵਾਂਗੇ ਅਸੀਂ ਲੋਕਾਂ ਨੂੰ ਇਹੀ ਅਪੀਲ ਕਰਨੀ ਚਾਹਾਂਗੇ ਵੀ ਜਿਹੜਾ ਵੀ 18 ਸਾਲ ਤੱਕ ਜਿਹਦੀ ਉਮਰ ਹੋ ਗਈ ਹੈ ਅਤੇ ਉਹਦੀ ਵੋਟ ਬਣੀ ਹੋਈ ਹੈ ਉਹ ਵੱਧ ਚੜ ਕੇ ਜਿਹੜਾ ਇਲੈਕਸ਼ਨ ਪ੍ਰੋਸੈਸ ਹੈ ਚੋਣ ਪ੍ਰੋਸੈਸ ਹੈ ਉਹਦੇ ਵਿੱਚ ਆਪਣਾ ਹਿੱਸਾ ਲਵੇ ਅਤੇ ਆਪਣੀ ਵੋਟ ਜ਼ਰੂਰ ਆਪਣੇ ਜਿੱਥੇ ਉਹਦੀ ਬਣੀ ਹੋਈ ਹੈ ਬੂਥ 'ਤੇ ਉੱਥੇ ਵੋਟ ਪਹੁੰਚਾਵੇ ਤਾਂ ਕਿ ਅਸੀਂ ਲੋਕਤੰਤਰ ਨੂੰ ਬਚਾ ਸਕੀਏ ਅਤੇ ਉਹ ਜਿਹੜੀ ਉਹਨੇ ਵੋਟ ਪਾਉਣੀ ਹੈ ਉਹ ਬਿਨਾਂ ਕਿਸੇ ਡਰ ਤੋਂ ਕਿਸੇ ਭੈ ਤੋਂ ਬਿਨਾਂ ਕਿਸੇ ਲਾਲਚ ਤੋਂ ਪਾਵੇ ਅਸੀਂ ਉਹਦੇ ਨਾਲ ਵਾਅਦਾ ਕਰਦੇ ਹਾਂ ਵੀ ਉਹਨੂੰ ਕਿਸੇ ਕਿਸਮ ਦੀ ਮੁਸ਼ਕਲ ਨਹੀਂ ਆਉਣ ਦੇਵਾਂਗੇ।